ਬੇ ਜੱਟ ਲੜਨ ਡਾਂਗੋ ਸੋਟੀ ਤੇ ਮਰਾਸੀ ਲੜਨ ਰਮਜੋ ਰਮਜੀ, ਮੈਂ ਫੁੱਲ ਵਾਲਾ ਸੂਟ ਪਾਈ ਬੈਠੀ ਆ, ਹਜੇ ਵੀ ਭਾਈ ਸਾਹਿਬ ਕਹਿੰਦਾ ਮਰ ਜਾਣਾ। ਇਹ ਮੀਰ ਆਲਮ ਆ ਜੀ, ਹਾਂ ਇਹ ਗੁੱਝੇ ਨਹੀਂ ਰਹਿੰਦੇ। ਜਗਦੇਵ ਟਹਿਣਾ ਸਾਹਿਬ ਕਹਿੰਦੇ ਦੋ ਮਰਾਸੀਆਂ ਨੂੰ ਸਜ਼ਾ ਹੋ ਗਈ, ਸਜ਼ਾ ਵੀ ਫਾਂਸੀ ਦੀ ਹੋ ਗਈ, ਐਡੇ ਅਪਰਾਧ ਕੀਤੇ ਸੀ। ਤੇ ਪਹਿਲੇ ਮਰਾਸੀ ਨੂੰ ਜਦੋਂ ਫਾਂਸੀ ਵਾਲੇ ਤਖ਼ਤ ਤੇ ਲਿਜਾਣ ਲੱਗੇ ਤੇ ਕਹਿੰਦੇ ਤੇਰੀ ਆਖਰੀ ਇੱਛਾ ਕੀ ਹੈ? ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਹੈ, ਸਾਜ਼ ਸਰੰਗੀ। ਤੇ ਕਿੰਨਾ ਕਹਿੰਦੇ ਕਿੰਨਾ ਟਾਈਮ ਲੱਗ ਜੂ ਜੱਜ ਸਾਹਿਬ? ਕਹਿੰਦੇ ਸਿੱਖਣ ਤੇ, ਕਹਿੰਦੇ ਜੀ 25 ਸਾਲ ਲੱਗ ਜਾਣਗੇ ਸਿੱਖਣ ਤੇ, ਵੀ ਉਹਨੇ ਆਪਦਾ ਦਿਮਾਗ ਵਰਤਿਆ। ਤੇ ਦੂਜੇ ਮਰਾਸੀ ਨੂੰ ਕਹਿੰਦੇ ਤੇਰੀ ਇੱਛਾ ਕੀ ਹੈ? ਕਹਿੰਦੇ ਜਦੋਂ ਇਹ ਸਰੰਗੀ ਸਿੱਖ ਗਿਆ ਨਾ, ਇਹ ਤਾਂ ਮੈਂ ਸਿੱਖੂੰਗਾ। ਹੁਣ ਤੁਸੀਂ ਆਪ ਸਮਝ ਜਾਓ ਵੀ ਇਹ ਕਿੱਡੀ ਚਲਾਕ ਤੇ ਚੁਸਤ ਕੌਮ ਆ। ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪੇਕਿਆਂ ਤੋਂ ਲਿਆਈ ਲੋਹੜਿਆਂ ਦਾ ਦਾਜ ਹੋਵੇ। ਤੇ ਕੈਲੇ ਫੋਰਨੀਆ ਆਪਣੀ ਕੀ ਰੀਸ ਕਰੂ ਜੇ ਕਿਤੇ ਨਸ਼ੇ ਤੋਂ ਮੁਕਤ ਹਰਿਆਣਾ ਤੇ ਦੂਜਾ ਪੰਜਾਬ ਹੋਵੇ। ਤੇ ਕਲਾਕਾਰ ਦੀ ਭੂਤ ਨਹੀਂ ਭੁਲਾ ਦਿੰਦੇ ਜਦੋਂ ਮਾੜੀ ਸਾਉਂਡ ਤੇ ਮਾੜੇ ਵੱਜਦੇ ਸਾਜ਼ ਹੋਵੇ। ਚੰਗੇ ਭਲੇ ਸਾਜੀਆਂ ਨਵਾਜੀਆਂ ਨੂੰ ਤੇ ਸਾਉਂਡ ਵਾਲੇ ਨੂੰ ਉਹ ਕਲਾਕਾਰ ਬਾਣੀ ਪਾਈ ਫੁਰਦਾ ਜਿਹਨੇ ਖੁਦ ਨਾ ਕੀਤਾ ਰਿਆਜ਼ ਹੋਵੇ। ਗਊ ਗਰੀਬ ਤੀਜਾ ਕਿਸਾਨ ਨੂੰ ਮਿਲੂ ਇਨਸਾਫ ਕਿੱਥੋਂ ਜਿੱਥੇ ਲੰਡੇ ਤੇ ਲੁੱਚਿਆਂ ਦਾ ਰਾਜ ਹੋਵੇ। ਕਹਿੰਦੇ ਉਸ ਨਗਰ ਦੀ ਰਾਖੀ ਕੌਣ ਕਰੂ ਜਿਸ ਨਗਰ ਦਾ ਮੁਖੀ ਖੁਦ ਜਨਾਨੀ ਬਾਜ ਹੋਵੇ। ਲੱਕੀ ਸ਼ਾਹ ਧੀਆਂ ਦਾਜ ਦੀ ਬਲੀ ਕੋ ਚੜਨ ਜੱਗ ਤੇ ਜੇ ਪੁੱਤ ਵੇਚਣ ਦਾ ਨਾ ਰਿਵਾਜ ਹੋਵੇ, ਜੇ ਪੁੱਤ ਵੇਚਣ ਦਾ ਨਾ ਰਿਵਾਜ ਹੋਵੇ। ਮੇਗਾ ਮਾਨਕ ਸਾਹਿਬ ਇੱਕ ਗੀਤ ਤੁਹਾਨੂੰ ਹੋਰ ਦਿੰਦੇ ਹਾਂ ਕਿਉਂਕਿ ਸੰਗਤ ਦਾ ਪਿਆਰ ਹੈ, ਇੱਕ ਗੀਤ ਤੁਸੀਂ ਹੋਰ ਲਓ। ਗੱਲ ਇਹ ਹੈ ਵੀ ਚਾਚੀ ਲੁਤਰੋ ਦੇ ਨਾਂ ਤੇ ਤਾੜੀ ਮਾਰ ਦੋ। ਮੈਂ ਇਹਨੂੰ ਤਾਂ ਹੀ ਭਰਾ ਕਹਿ ਦਿੰਦੇ, ਅਸੀਂ 24 ਘੰਟੇ ਇਕੱਠੇ ਰਹਿੰਦੇ, ਉਹੀ ਗੱਲ ਹੋਈ ਹੈ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਧੰਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਵਿਸ਼ਵ ਬਾਬੀ ਬਾਬਾ ਮਰਦਾਨਾ ਜੀ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਸੀਂ ਉਹਦੇ ਵਾਰਸਾਂ। ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤਾੜੀ ਮਾਰ ਦੋ। ਤੇਰੇ ਢਿੱਲੇ ਦਾਇਆ ਇਹ ਫਰਮਾਇਸ਼ ਹੈ।
ਗੱਲ ਪਪੀਸੀਆਂ ਲੋੜੀਆਂ ਗੱਲਾਂ ਗੱਲ ਗੱਲ ਨਾਲ ਦੀਆਂ ਪਤਲੀ ਨਾ ਭਾਰੀ ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ